ਮੇਰੇ ਹੇਠ ਸਾਰਨੀਆਂ ਮੇਦੇ 'ਚ ਸੀ ਜਿਹਦੀ ਮੈਨੂੰ ਬਹੁਤ ਦਿੱਕਤ ਸੀ ਜ਼ਿਆਦਾ। ਜੋ ਵੀ ਮੈਂ ਭੋਜਨ ਖਾਂਦਾ ਸੀਗਾ ਪੇਟ ਵਿੱਚ ਉਹ ਵਾਪਸ ਥੋੜ੍ਹਾ ਥੋੜ੍ਹਾ ਕਰਕੇ ਮੇਰੇ ਮੂੰਹ ਰਾਹੀਂ ਵਾਪਸ ਆ ਜਾਂਦਾ। ਮੈਨੂੰ 2016-15 ਤੋਂ ਪ੍ਰੋਬਲਮ ਆ ਰਹੀ ਸੀਗੀ ਪਰ ਇਹਦਾ ਉਪਾਅ ਮੈਨੂੰ ਕਿਤੋਂ ਨਹੀਂ ਲੱਭਿਆ। ਉੱਥੋਂ ਮੈਂ ਸਰਚ ਮਾਰ ਕੇ ਯੂਟਿਊਬ 'ਤੇ ਇਹਨਾਂ ਕੋਲ ਆਇਆ, ਆਪਰੇਸ਼ਨ ਆਇਆ ਹੋਇਆ, ਮੇਰਾ ਆਪਰੇਸ਼ਨ ਮੇਰਾ ਬਹੁਤ ਵਧੀਆ ਹੋਇਆ। ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਮੈਂ ਸਤਪਾਲ ਸਿੰਘ ਮੌੜ, ਪਿੰਡ ਸੁਖਲੱਦੀ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ। ਮੈਨੂੰ 2016-15 ਤੋਂ ਪ੍ਰੋਬਲਮ ਆ ਰਹੀ ਸੀਗੀ। ਮੈਂ ਬਹੁਤ ਡਾਕਟਰਾਂ ਕੋਲ ਗਿਆ ਹੈਗਾ ਪਰ ਇਹਦਾ ਉਪਾਅ ਮੈਨੂੰ ਕਿਤੋਂ ਨਹੀਂ ਲੱਭਿਆ। ਫਿਰ ਇੱਦਾਂ ਹੀ ਮੈਂ ਦੇਰਿਆਂ ਯੂਟਿਊਬ 'ਤੇ ਸਰਚ ਮਾਰੀ, ਮੈਨੂੰ ਸਰਚ ਤੋਂ ਪਤਾ ਲੱਗਿਆ ਕਿ ਸਟਾਰ ਸੁਪਰ ਸਪੈਸ਼ਲਿਟੀ ਹਸਪਤਾਲ ਡਾਕਟਰ ਜਸਮੀਤ ਸਿੰਘ ਆਲੂਵਾਲੀਆ ਸਾਹਿਬ ਉਹਨਾਂ ਦਾ ਹਸਪਤਾਲ ਹੈ ਜਲੰਧਰ ਵਿਖੇ। ਉੱਥੋਂ ਮੈਂ ਸਰਚ ਮਾਰ ਕੇ ਯੂਟਿਊਬ 'ਤੇ ਇਹਨਾਂ ਕੋਲ ਆਇਆ, ਇਹਨਾਂ ਨਾਲ ਮੈਂ ਸਾਰੀ ਗੱਲਬਾਤ ਕਰੀ। ਇਹਨਾਂ ਨੂੰ ਦੱਸਿਆ ਵੀ ਮੈਨੂੰ ਆਹ ਪ੍ਰੋਬਲਮ ਆਉਂਦੀ ਹੈ, ਇੱਦਾਂ ਮੈਨੂੰ ਹੁੰਦਾ ਹੈਗਾ ਕਈ ਚਿਰ ਤੋਂ, ਬਹੁਤ ਚਿਰ ਤੋਂ। ਇਹਨਾਂ ਨੇ ਮੈਨੂੰ ਦੱਸਿਆ ਵੀ ਇਹਦਾ ਆਹ ਇਲਾਜ ਹੋਊਗਾ, ਆਹ ਇਲਾਜ ਹੋਊ। ਆਪਰੇਸ਼ਨ ਆਇਆ ਹੋਇਆ, ਮੇਰਾ ਆਪਰੇਸ਼ਨ ਮੇਰਾ ਬਹੁਤ ਵਧੀਆ ਹੋਇਆ। ਮੇਰੇ ਹੇਠ ਸਾਰਨੀਆਂ ਮੇਦੇ 'ਚ ਸੀ ਜਿਹਦੀ ਮੈਨੂੰ ਬਹੁਤ ਦਿੱਕਤ ਸੀ ਜ਼ਿਆਦਾ। ਜੋ ਵੀ ਮੈਂ ਭੋਜਨ ਖਾਂਦਾ ਸੀਗਾ ਪੇਟ ਵਿੱਚ ਉਹ ਵਾਪਸ ਥੋੜ੍ਹਾ ਥੋੜ੍ਹਾ ਕਰਕੇ ਮੇਰੇ ਮੂੰਹ ਰਾਹੀਂ ਵਾਪਸ ਆ ਜਾਂਦਾ। ਬਹੁਤ ਵਧੀਆ ਠੀਕ ਠਾਕ ਹੋਇਆ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਕੋਈ ਤਕਲੀਫ ਨਹੀਂ ਆਈ। ਅਤੇ ਸਾਰੇ ਸਟਾਫ ਨੇ ਬਹੁਤ ਕੇਅਰ ਕਰੀ ਮੇਰੀ। ਅਤੇ ਮੈਂ ਹੁਣ ਲਿਕੁਇਡ ਚੀਜ਼ਾਂ ਪੀ ਰਿਹਾ ਹੈਗਾ ਅਤੇ ਮੈਨੂੰ ਉਹ ਲਿਕੁਇਡ ਚੀਜ਼ ਜੋ ਵੀ ਜੂਸ ਆ ਜਾਂ ਹੋਰ ਪਾਣੀ ਹੈ ਅੰਦਰ ਪਚ ਰਿਹਾ ਹੈਗਾ। ਜਿਵੇਂ ਹੁਣ ਇਹ ਪਚ ਰਿਹਾ ਹੈਗਾ ਜਿੰਨਾ ਮੈਂ ਇਹ ਲੈ ਰਿਹਾ ਹੈਗਾ। ਦੋਸਤੋ, ਜਿਹੜਾ ਮੇਰਾ ਆਪਰੇਸ਼ਨ ਹੋਇਆ ਇਹ ਦੂਰਬੀਨ ਰਾਹੀਂ ਹੋਇਆ ਹੈਗਾ। ਇਹਦੇ 3-4 ਟਾਂਕੇ ਲੱਗੇ ਆ, ਇਹ ਟਾਂਕੇ ਖੁਲਾਉਣ ਦੀ ਕੋਈ ਜ਼ਰੂਰਤ ਨਹੀਂ, ਇਹ ਆਪਣੇ ਆਪ ਖੁੱਲ੍ਹ ਜਾਣਗੇ। ਅੱਜ ਮੈਨੂੰ ਹਸਪਤਾਲ 'ਚ 3rd ਦਿਨ ਹੈ, ਮੈਂ ਵਧੀਆ ਅੱਗੇ ਨੂੰ ਨੋਰਮਲ ਹੈ, ਪੈਦਲ ਵੀ ਤੁਰ ਸਕਦਾ ਗਾ, ਸਭ ਕੁਛ ਠੀਕ ਹੈ, ਮੈਨੂੰ ਕੋਈ ਤਕਲੀਫ ਨਹੀਂ। ਮੈਨੂੰ ਇੰਝ ਹੀ ਨਹੀਂ ਲੱਗਿਆ ਕਿ ਵੀ ਮੇਰਾ ਆਪਰੇਸ਼ਨ ਹੋਇਆ ਕਿ ਨਹੀਂ। ਆਪਰੇਸ਼ਨ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਫੀਲ ਕਰ ਰਿਹਾ ਹੈਗਾ, ਕੋਈ ਦਿੱਕਤ ਨਹੀਂ ਆ ਰਹੀ। ਮੈਂ ਇਸ ਕਰਕੇ ਇਸ ਹਸਪਤਾਲ ਦਾ ਬਹੁਤ ਧੰਨਵਾਦੀ ਹਾਂ। ਦੋਸਤੋ, ਮੈਂ ਇਸ ਹਸਪਤਾਲ ਬਾਰੇ ਤੁਹਾਨੂੰ ਦੱਸ ਰਿਹਾ ਕਿ ਇਹ ਹਸਪਤਾਲ ਬਹੁਤ ਵਧੀਆ, ਸਾਫ਼ ਸਫਾਈ ਹੈ, ਇਹਦੇ 'ਚ ਸਟਾਫ ਬਹੁਤ ਵਧੀਆ, ਗੁੱਡਵਿਲ ਸਟਾਫ ਹੈ, ਬਹੁਤ ਚੰਗਾ ਸਟਾਫ ਹੈ, ਚੰਗੀ ਹੈ, ਇੱਥੇ ਹਰ ਇੱਕ ਸੁਵਿਧਾ ਹੈਗੀ, ਸਟਾਫ ਸਾਰਾ ਬੈਸਟ ਹੈ ਇੱਥੋਂ ਦਾ। ਡਾਕਟਰ ਸਾਹਿਬ ਵੀ ਬਹੁਤ ਨਰਮ ਸੁਭਾਅ ਦੇ ਆ, ਬਹੁਤ ਵਧੀਆ ਬੰਦੇ ਨਾਲ ਗੱਲਬਾਤ ਕਰਦੇ ਆ, ਪੇਸ਼ੈਂਟ ਨਾਲ ਸਭ ਬਹੁਤ ਵਧੀਆ ਸਟਾਫ ਹੈ। ਅਤੇ ਜੇ ਅੱਗੇ ਤੋਂ ਕਿਸੇ ਨੂੰ ਵੀ, ਜੋ ਵੀ ਸੁਣ ਰਿਹਾ ਮੇਰੀ ਗੱਲਬਾਤ, ਕਿਸੇ ਨੂੰ ਹੇਠ ਸਾਰਨੀਆਂ ਹੋਣ ਤਾਂ ਸਟਾਰ ਸੁਪਰ ਸਪੈਸ਼ਲਿਟੀ ਹਸਪਤਾਲ ਜਲੰਧਰ ਵਿਖੇ ਡਾਕਟਰ ਜਸਮੀਤ ਸਿੰਘ ਆਲੂਵਾਲੀਆ ਨਾਲ ਜ਼ਰੂਰ ਸੰਪਰਕ ਕਰਨ ਅਤੇ ਆਪਣੇ ਇਲਾਜ ਨੂੰ, ਇਸ ਨੂੰ ਦੂਰ ਕਰਨ।